ਫਿਲੌਰ ਇੱਕ ਵਿਅਕਤੀ ਨਾਲ ਮੋਟਰਸਾਈਕਲ ਤੇ ਸਵਾਰ ਚਾਰ ਨੌਜਵਾਨਾਂ ਨੇ ਕੀਤੀ ਲੁੱਟਖੋ। ਭੱਜ ਕੇ ਬਚਾਈ ਆਪਣੀ ਜਾਨ। ਆਏ ਦਿਨ ਫਿਲੌਰ ਵਿੱਚ ਚੋਰੀ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਹਨ, ਜੋ ਥਮਨ ਦਾ ਨਾਮ ਨਹੀਂ ਲੈ ਰਹੀਆਂ। ਇਹੋ ਜਿਹਾ ਮਾਮਲਾ ਫਿਲੌਰ ਵਿਖੇ ਦੇਖਣ ਨੂੰ ਮਿਲਿਆ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਰਤਾਸ਼ ਨੇ ਦੱਸਿਆ ਹੈ ਕਿ ਉਹ ਰਾਜਸਥਾਨ ਤੋਂ ਜਲੰਧਰ ਨੂੰ ਜਾ ਰਿਹਾ ਸੀ, ਪਰ ਟ੍ਰੇਨ ਫਿਲੌਰ ਰੁਕ ਗਈ ਤੇ ਉਹ ਫਿਲੌਰ ਉਤਰ ਗਿਆ ਤੇ ਉਸਨੇ ਫਗਵਾੜੇ ਦੇ ਨਜ਼ਦੀਕੀ ਪਿੰਡ ਵਿੱਚ ਜਾਣਾ ਸੀ। ਉਸਨੇ ਦੱਸਿਆ ਕਿ ਉਹ ਫਿਲੌਰ ਰੇਲਵੇ ਸਟੇਸ਼ਨ ਤੋਂ ਜਦੋਂ ਜਲੰਧਰ ਬੱਸ ਅੱਡੇ ਵੱਲ ਜਾਣ ਲੱਗਾ ਤਾਂ ਨੈਸ਼ਨਲ ਹਾਈਵੇ ਦੇ ਉੱਤੇ ਚਾਰ ਅਣਪਛਾਤੇ ਨੌਜਵਾਨਾਂ ਨੇ ਉਸ ਨੂੰ ਦਾਤ ਦੀ ਨੋਕ ਤੇ ਲੁੱਟ ਲਿਆ ਅਤੇ ਜਦੋਂ ਉਹ ਆਪਣੇ ਬਚਾਅ ਦੇ ਵਿੱਚ ਭੱਜਣ ਲੱਗਾ ਤਾਂ ਉਹ ਫਿਲੌਰ ਦੇ ਦਮੋਰੀਆ ਪੁਲ ਦੇ ਕੋਲ ਲੱਗੀਆਂ ਪੌੜੀਆਂ ਨਾਲ ਨਜ਼ਰ ਆਉਣ ਕਾਰਨ ਉੱਥੋਂ ਡਿੱਗ ਗਿਆ, ਜਿਸ ਕਾਰਨ ਉਸਦੀ ਲੱਤ ਟੁੱਟ ਗਈ ਅਤੇ ਲੁੱਟ ਖੋਹ ਕਰਨ ਵਾਲੇ ਉਸਦਾ ਬੈਗ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਉਸਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸਨੂੰ ਇਨਸਾਫ ਦਿੱਤਾ ਜਾਵੇ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਉੱਘੇ ਸਮਾਜ ਸੇਵਕ ਜਗਨਨਾਥ ਜੱਗੀ ਨੇ ਕਿਹਾ ਹੈ ਕਿ ਆਏ ਦਿਨ ਫਿਲੌਰ ਵਿੱਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵੱਧਦੀਆਂ ਰਹਿੰਦੀਆਂ ਹਨ, ਪਰ ਥਾਣਾ ਫਿਲੌਰ ਦੇ SHO ਸੁਖਦੇਵ ਸਿੰਘ ਨੇ ਕਈ ਨਸ਼ਾ ਤਸਕਰ ਅਤੇ ਲੁੱਟਾਂ ਖੋਹਾਂ ਕਰਨ ਵਾਲਿਆਂ ਨੂੰ ਸਲਾਖਾਂ ਪਿੱਛੇ ਦਿੱਤਾ ਹੈ। ਉਹਨਾਂ ਨੇ ਥਾਣਾ ਫਿਲੌਰ ਦੇ SHO ਅਤੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਹਨਾਂ ਨੂੰ ਜਲਦ ਕਾਬੂ ਕੀਤਾ ਜਾਵੇ ਅਤੇ ਨੈਸ਼ਨਲ ਹਾਈਵੇ ਅਥਾਰਟੀ ਨੂੰ ਵੀ ਬੇਨਤੀ ਕੀਤੀ ਹੈ ਕਿ ਰੋਡ ਦੇ ਉੱਤੇ ਸਟਰੀਟ ਲਾਈਟਾਂ ਲਗਾਈਆਂ ਜਾਣ ਤਾਂ ਕਿ ਰਾਤ ਸਮੇਂ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਇਹੋ ਜਿਹੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਫਿਲੌਰ ਤੋਂ ਕੈਮਰਾਮੈਨ ਬੰਟੀ ਕਲੇਰ ਦੇ ਨਾਲ ਮੋਨੂ ਸੰਧੀ ਦੀ ਖਾਸ ਰਿਪੋਰਟ। ਭਾਜੀ ਕੀ ਨਾਮ ਆ? ਰਤਾਸ਼ ਨਾਮ ਦੇ। ਕੀ ਹੋਇਆ ਭਾਜੀ? ਭਾਈ ਮੈਂ ਪੂਜਾ ਗੱਡੀ ਆਉਂਦੀ ਨਾ ਰਾਜਸਥਾਨ ਤੋਂ, ਜੈਪੁਰ ਤੋਂ, ਮੈਂ ਉੱਥੇ ਬਹਿ ਕੇ ਆਉਂਦਾ ਸੀਗਾ ਰਾਜਸਥਾਨ ਤੋਂ, ਤਾਂ ਮੈਨੂੰ ਉਤਰਨਾ ਸੀਗਾ ਜਲੰਧਰ, ਤਾਂ ਗੱਡੀ ਕਰੋਸ ਹੋ ਗਈ ਇੱਥੇ, ਮੈਂ ਇੱਥੇ ਉਤਰ ਗਿਆ। ਮੈਂ ਕਿਹਾ ਜਲੰਧਰੋਂ ਵੀ ਵਾਪਸ ਹੀ ਆਉਣਾ ਮੈਨੂੰ, ਮੈਂ ਇੱਥੇ ਉਤਰ ਗਿਆ, ਤਾਂ ਇੱਥੋਂ ਉਤਰ ਕੇ ਇੱਥੇ ਆ ਗਿਆ ਮੈਂ ਬਾਈਪਾਸ, ਬਾਈਪਾਸ ਆ ਗਿਆ ਤਾਂ ਮੈਂ ਇੱਥੇ ਬੱਸ ਦੀ ਵੇਟ ਕਰਦਾ ਸੀ, ਮੈਂ ਕਿਹਾ ਬੱਸ ਰੁਕ ਜਾਊ ਤਾਂ ਬਹਿ ਕੇ ਚੱਲ ਜਾਵਾਂ। ਜਦ ਤੱਕ ਪੰਜ ਚਾਰ ਮੁੰਡੇ ਆ ਗਏ ਸੀ ਮੋਟਰਸਾਈਕਲ ਤੇ, ਉਹ ਜਦੋਂ ਆਏ ਤਾਂ ਏਦਾਂ ਹੀ ਮੇਰੇ ਉੱਤਰ ਕੇ ਦਬਾ ਦਬ ਉਹਨਾਂ ਨੇ ਦਾਂਤ ਹੀ ਕੱਢਿਆ। ਮੇਰੇ ਕੋਲ ਬੈਗ ਸੀਗਾ, ਮੈਂ ਏਦਾਂ ਹੀ ਛੱਡ ਕੇ ਬੈਗ ਮੈਂ ਦੌੜ ਪਿਆ, ਤਾਂ ਦੌੜ ਕੇ ਆ ਪੌੜੀਆਂ ਮੈਨੂੰ ਦਿਖੀ ਨਹੀਂ ਰਾਤ ਨੂੰ, ਮੈਂ ਜਦ ਪੁਲ ਤੋਂ ਥੱਲੇ ਛਾਲ ਮਾਰੀ ਤਾਂ ਮੇਰਾ ਪੈਰ ਟੁੱਟ ਗਿਆ। ਕਿੰਨੇ ਕੁ ਵਜੇ ਦਾ ਵਾਕਿਆ ਇਹ? ਭਾਅ ਜੀ ਹੈਗਾ ਸਵੇਰ 3:30 ਵਜੇ ਦਾ। ਸਵੇਰੇ 3:30 ਵਜੇ ਤੁਸੀਂ ਰਾਜਸਥਾਨ ਤੋਂ ਆਉਂਦੇ ਸੀ? ਹਾਂਜੀ, ਰਾਜਸਥਾਨ ਤੋਂ ਆਉਂਦਾ ਸੀ। ਨਾਲ ਹੈ ਨਹੀਂ ਸੀ ਤੁਹਾਡੇ ਕੋਲ? ਕੋਈ ਨਹੀਂ ਸੀ, ਮੈਂ ਇਕੱਲਾ ਹੀ। ਤੁਹਾਡੇ ਦਾਤ ਦੂਤ ਮਾਰਿਆ ਵੀ ਉਹਨਾਂ ਨੇ? ਦਾਤ ਨਹੀਂ ਮਾਰਦੇ ਸੀਗੇ, ਮੈਂ ਦੌੜੇ ਭੱਜ ਪਿਆ ਉਹਨਾਂ ਦੇ। ਅੱਛਾ, ਨੁਕਸਾਨ ਕਿੰਨਾ ਕੁ ਹੋਇਆ ਤੁਹਾਡਾ ਹੁਣ? ਨੁਕਸਾਨ ਮੇਰਾ ਬੈਕ ਲੈ ਗਏ ਉਹ। ਅੱਛਾ, ਪੈਸੇ ਪੂਸੇ ਤਾਂ ਨਹੀਂ ਸੀ? ਪੈਸੇ ਤਾਂ ਨਹੀਂ ਸੀਗੇ। ਅੱਛਾ, ਤੇ ਇੱਕ ਲੱਤ ਟੁੱਟ ਗਈ? ਲੱਤ ਟੁੱਟ ਗਈ। ਤੇ ਹਲੇ ਤੱਕ ਕੋਈ ਪੁਲਿਸ ਅਧਿਕਾਰੀ ਨਹੀਂ ਆਇਆ? ਕੋਈ ਨਹੀਂ ਆਇਆ ਜੀ, ਵਿਚਾਰੇ ਇਹਨਾਂ ਨੇ ਸਾਰਾ ਦਿੱਤਾ, ਵਿਚਾਰੇ ਜਿੱਦ ਰਹਿੰਦੇ ਇੱਥੇ ਆਸ ਪਾਸੇ, ਮੰਜਾ ਦਿੱਤਾ ਇਹਨਾਂ ਨੇ। ਹੁਣ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ? ਮੰਗ ਭਾਜੀ ਕਿਆ ਹੁਣ, ਇਹ ਹੀ ਆ ਸਾਡਾ, ਇਹਦਾ ਕੁਛ ਹੋ ਜਾਵੇ ਇੰਤਜ਼ਾਮ ਪਹਿਲਾਂ। ਹਾਂਜੀ ਜਗਨਨਾਥ ਜੱਗੀ ਜੀ, ਇੱਕ ਬੰਦਾ ਇੱਥੇ ਮੰਜੇ ਤੇ ਨਮਾ ਪਿਆ, ਉਹਦੀ ਲੱਤ ਟੁੱਟ ਗਈ ਆ, ਕੀ ਸਾਰਾ ਮਾਮਲਾ? ਅੱਛਾ, ਇੱਦਾਂ ਸਾਡਾ ਇੱਥੇ ਲਾਗੇ ਸਾਈਕਲ ਸਟੈਂਡ ਆ, ਇਹ ਪੌੜੀਆਂ ਜਿਹੜੀਆਂ ਲੁਧਿਆਣੇ ਨੂੰ ਲੋਕੀ ਜਾਂਦੇ ਆ ਤੇ ਉੱਥੋਂ ਚੜ੍ਹਦੇ ਆ। ਇਹ ਜਿਹੜਾ ਬੰਦਾ ਇਹ ਘੁੰਮਣਾ ਮਾਨਕਾ ਪਿੰਡ ਆ ਫਗਵਾੜੇ ਦੇ ਕੋਲ, ਉੱਥੇ ਸਫਾਈ ਦਾ ਕੰਮ ਕਰਦਾ ਰਾਜਸਥਾਨ ਦਾ। ਇਹ ਰਾਤੀ ਰਾਜਸਥਾਨ ਵਾਲੀ ਗੱਡੀ ਤੋਂ ਫਲੌਰ ਸਟੇਸ਼ਨ ਤੇ ਇਹ ਦੱਸ ਰਿਹਾ ਕਿ ਮੈਂ ਉਤਰਿਆ ਤੇ ਮੈਂ ਬਾਈਪਾਸ ਰਾਹੀਂ ਜਿਹੜਾ ਬੱਸ ਫੜਨ ਲਈ ਜਲੰਧਰ ਬੱਸ ਅੱਡੇ ਤੇ ਜਾ ਰਿਹਾ ਸੀ, ਜਦੋਂ ਇਹ ਪੌੜੀਆਂ ਦੇ ਕੋਲ ਪਹੁੰਚਿਆ
ਤੇ ਉੱਤੇ ਇਹਨੂੰ ਜਿਹੜੇ ਆ ਬੰਦੇ ਪੈ ਗਏ ਔਰ ਉਹਨਾਂ ਨੇ ਇਹਨੂੰ ਦਾਤ ਦੁੱਧ ਖਾ ਕੇ ਇਹਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਔਰ ਇਸ ਬੰਦੇ ਦਾ ਬੈਗ ਉਹਨਾਂ ਨੇ ਖੋਲਿਆ ਉਹਨਾਂ ਤੋਂ ਭੱਜਿਆ ਤੇ ਇਹਨੂੰ ਥੱਲੇ ਪਤਾ ਨਹੀਂ ਸੀ ਵੀ ਪੌੜੀਆਂ ਦੇ ਜਦੋਂ ਥੱਲੇ ਨੂੰ ਯਕਦਮ ਭੱਜਿਆ ਤਾਂ ਪੌੜੀਆਂ ਤੋਂ ਡਿੱਗਣ ਕਾਰਨ ਇਹਦੀ ਜਿਹੜੀ ਲੱਤ ਆ ਖੱਬੀ ਲੱਤ ਆ ਜਿਹੜੀ ਟੁੱਟ ਗਈ ਆ ਤੇ ਉਹ ਜਦੋਂ ਹੁਣ ਸਾਨੂੰ ਪਤਾ ਲੱਗਾ ਤੇ ਇਹਨੇ ਆਪਣੇ ਨਾਲ ਦਿਆਂ ਨੂੰ ਫਿਰ ਫੋਨ ਕੀਤਾ ਤੇ ਨਾਲ ਦੇ ਸਾਰੇ ਆਏ ਆ ਇਹਦੇ ਰਿਸ਼ਤੇਦਾਰ ਇਹਦੇ ਸਾਥੀ ਔਰ ਇਹ ਬੰਦੇ ਵਿਚਾਰੇ ਦਾ ਜਿਹੜਾ ਨੁਕਸਾਨ ਹੋਇਆ ਗਰੀਬ ਆਦਮੀ ਵਿਚਾਰਾ 4 ਮਹੀਨੇ ਤੇ 5 ਮਹੀਨੇ ਤੇ ਪੈ ਗਿਆ ਔਰ ਐਸ ਐਚ ਓ ਫਲੌਰ ਸਾਹਿਬ ਨੂੰ ਮੇਰੀ ਬੇਨਤੀ ਹੈ ਕਿ ਉਹਨਾਂ ਨੇ ਬਹੁਤ ਜਿਹੜਾ ਵਧੀਆ ਕੰਮ ਫਲੌਰ ਦੇ ਵਿੱਚ ਕਰ ਰਹੇ ਆ ਕਿ ਬਹੁਤ ਲੁੱਟਾ ਖੋਹਾਂ ਵਾਲੇ ਨਸ਼ਾ ਤਸਕਰ ਉਹਨਾਂ ਨੇ ਜਿਹੜੇ ਫੜ ਫੜ ਕੇ ਅੰਦਰ ਕੀਤੇ ਆ ਔਰ ਫਲੌਰ ਦੇ ਵਿੱਚ ਕ੍ਰਾਈਮ ਨੂੰ ਬੜੀ ਠੰਡ ਪਾਈ ਆ ਹੁਣ ਮੇਰੀ ਬੇਨਤੀ ਆ ਐਸ ਐਚ ਓ ਫਲੌਰ ਸਾਹਿਬ ਨੂੰ ਕਿ ਜਿਹੜਾ ਇੱਥੇ ਜਿਹੜੀਆਂ ਪੌੜੀਆਂ ਜਾਂਦੀਆਂ ਇੱਥੇ ਅਕਸਰ ਹੀ ਲੁੱਟਾ ਖੋਹਾਂ ਹੁੰਦੀਆਂ ਰਹਿੰਦੀਆਂ ਉਹਨਾਂ ਦੇ ਆਉਣ ਤੋਂ ਪਹਿਲਾਂ ਵੀ ਬਹੁਤ ਵਾਰੀ ਇੱਥੇ ਲੁੱਟਾ ਖੋਹਾਂ ਹੁੰਦੀਆਂ ਲੋਕ ਕੰਪਲੇਂਟ ਨਹੀਂ ਕਰਦੇ ਡਰਦੇ ਇਸ ਬੰਦੇ ਨੇ ਵੀ ਹਜੇ ਤੱਕ ਕੋਈ ਕੰਪਲੇਂਟ ਨਹੀਂ ਕੀਤੀ ਅਤੇ ਐਸ ਐਚ ਓ ਫਲੌਰ ਨੂੰ ਮੇਰੀ ਬੇਨਤੀ ਆ ਵੀ ਇੱਥੇ ਜਿਹੜੀ ਆ ਗਸਤ ਆ ਉਹ ਵਧਾਈ ਜਾਵੇ ਔਰ ਹਾਈਵੇ ਵਾਲਿਆਂ ਨੂੰ ਕਹਿ ਕੇ ਜਿਹੜੀਆਂ ਉਤਲੀਆਂ ਲਾਈਟਾਂ ਜਿਹੜੀਆਂ ਜਗਾਈਆਂ ਜਾਣ ਕਿਉਂਕਿ ਹਨੇਰੇ ਦਾ ਫਾਇਦਾ ਲੈ ਕੇ ਜਿਹੜੇ ਇਹ ਜਿਹੜੇ ਮਾੜੇ ਅੰਸਰ ਆ ਇਹ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਜਿਹੜੇ ਲੁੱਟਦੇ ਆ ਸੋ ਪੁਲਿਸ ਪ੍ਰਸ਼ਾਸਨ ਨੂੰ ਮੇਰੀ ਇਹੀ ਬੇਨਤੀ ਆ ਕਿ ਇੱਥੇ ਜਿਹੜੀ ਗਸਤ ਵਧਾਈ ਜਾਵੇ ਔਰ ਜਿਹੜੇ ਬੰਦੇ ਇੱਦਾਂ ਦਾ ਕੰਮ ਲੁੱਟਾ ਖੋਹਾਂ ਦਾ ਕਰਦੇ ਆ ਉਹਨਾਂ ਨੂੰ ਜਿਹੜਾ ਫੜ ਕੇ ਉਹਨਾਂ ਨੂੰ ਜੇਲ੍ਹ ਦੇ ਅੰਦਰ ਕੀਤਾ ਜਾਵੇ ਤਾਂ ਜੋ ਆਮ ਬੰਦਿਆਂ ਦਾ ਜਿਹੜਾ ਨੁਕਸਾਨ ਨਾ ਹੋਵੇ।